संगत जी अज की इस वीडियो नूं इग्नोर ना करियो। अज तुहानूं दर्शन करवावांगे बहुत ही पवित्र अस्थान डेरा बाबा पंजाब सिंह जी पिंड ताजोके जिला बरनाला, जिथे हर महीने दसवीं दा पवित्र दिहाड़ा बहुत ही श्रद्धा नाल मनाया जांदा है। तो हर साल दशहरे मौके सालाना जोड़ मेला बहुत ही श्रद्धा नाल मनाया जांदा है। अस्थान के मुख सेवादार संत बाबा बूटा सिंह जी देख रेख हेठ समूह नगर निवासी नगर पंचायत अते इलाके संगत सहयोग नाल सालाना जोड़ मेला दशहरे मौके 24 अक्तूबर में बहुत ही श्रद्धा मनाया जा रहा है, जिस संबंधी 22 अक्तूबर को श्री खंडपाठ साहब आरंभ होंगे और 24 अक्तूबर को श्री खंडपाठ साहब के भोग पैन उपरंत प्रसिद्ध कवि श्री ढाडी जथे संगतों नाम बनना जोड़ने संगत पुज के अपना जीवन सफला बना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਪ ਸਥਾਨ ਬਾਬਾ ਪੰਜਾਬ ਸਿੰਘ ਦਾ ਜੋ ਅਸਥਾਨ ਹੈ ਬਹੁਤ ਪ੍ਰਾਤਨ ਅਸਥਾਨ ਹੈ, ਜਿਸ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸਿੱਖ ਸੰਗਤਾਂ ਬਾਬਾ ਜੀ ਦੇ ਆ ਕੇ ਦਰ 'ਤੇ ਨਤਮਸਤ ਹੋ ਕੇ ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ ਨੇ, ਸੋ ਕਈ ਦਿਨਾਂ ਤੋਂ ਸਾਡੇ ਸਾਰੇ ਸੇਵਾਦਾਰ ਤਪ ਸਥਾਨ ਦੀ ਜੋ ਤਿਆਰੀ ਕਰ ਰਹੇ ਹੈ, ਅੱਜ ਸਾਰੇ ਸੇਵਾਦਾਰ ਵੀ ਇੱਥੇ ਮੌਜੂਦ ਸਨ, ਉਹਨਾਂ ਦੀ ਮੌਜੂਦਗੀ ਦੇ ਵਿੱਚ ਆਪਾਂ ਸਾਰੇ ਸਾਡੇ ਗੌਰਵ ਜੀ ਆਏ। ਜੋ 24 ਤਰੀਕ ਨੂੰ ਦੁਸਹਿਰੇ ਦਾ ਸਾਲਾਨਾ ਦਿਹਾੜਾ ਸਿੱਖ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿੱਥੇ 2 ਦਿਨ ਸਟੇਜ ਚੱਲਣੀ ਹੈ, ਰਾਗੀ ਢਾਡੀ ਆ ਕੇ ਇਸ ਸਥਾਨ ਦੀ ਸ਼ੋਭਾ ਵਧਾਉਣਗੇ ਅਤੇ ਨਾਲ ਹੀ ਸਿੱਖ ਸੰਗਤਾਂ ਆ ਕੇ ਨਤਮਸਤ ਹੋ ਕੇ ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨਗੇ। 24 ਤਰੀਕ ਨੂੰ ਦੁਸਹਿਰੇ ਦਾ ਦਿਹਾੜਾ ਮਨਾਇਆ ਜਾਣਾ ਹੈ, 22 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, 3 ਦਿਨ ਗੁਰੂ ਕਾ ਲੰਗਰ ਟੁੱਟ ਚੱਲੇਗਾ। ਸੋ ਸਾਰੀਆਂ ਸਿੱਖ ਸੰਗਤਾਂ ਨੂੰ ਦੁਸਹਿਰੇ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਦੁਬਾਰਾ ਫਿਰ ਗੌਰਵ ਜੀ ਦਾ ਧੰਨਵਾਦ ਕਰਦੇ ਹਾਂ ਸਾਰੇ ਨਗਰ ਨਿਵਾਸੀਆਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਜਿਹੜੇ ਦਿਨ ਰਾਤ ਹੀ ਬੜੀ ਮਿਹਨਤ ਦੇ ਨਾਲ ਸਖਤ ਸੇਵਾ ਦੇ ਨਾਲ ਆ ਕੇ ਸਿੱਖ ਸੰਗਤਾਂ ਦੇ ਵਾਸਤੇ ਤਿਆਰੀ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲੇ ਸਾਰੇ ਛੱਤੇ ਤੇਰੇ ਫਿੱਕੇ ਤੇਰੇ ਰੱਤੇ ਤੇਰੇ ਰੰਗੇ ਸਾਰੇ ਕੱਤੇ ਤੇਰੇ ਤੂੰ ਕਣ ਕਣ ਵਿੱਚ ਕਣ ਕਣ ਤੇਰਾ ਸੱਤ ਹੀ ਸੁਰ ਨੇ ਸੱਤੇ